ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਤੇ। ਜੱਟ ਜਿਉਣਾ ਮੋੜ ਪਾਰਟ 3 ਹੈ। ਪੰਜਾਬ ਦੇ ਲਜਪਾਲ ਪੁੱਤਰ ਇਕਬਾਲ ਅਸਦ ਸਾਹਿਬ ਨੇ ਜਨਾਬ ਲਿਖੀ ਹੈ ਕਿਤਾਬ, ਤੇ ਇਹ ਜਿਉਣਾ ਮੋੜ, ਜੱਟ ਜਿਉਣਾ ਮੋੜ ਪਾਰਟ 3 ਹੈ। ਤੇ ਇੱਕ ਰਿਕੁਐਸਟ ਕਰਨੀ ਸੀ ਆਪਣੇ ਸੁਣਨ ਵਾਲਿਓ, ਪੰਜਾਬੀ ਦਰਬਾਰ ਨੂੰ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਜੋ ਵੀ ਵੀਡੀਓ ਅਪਲੋਡ ਕਰਾਂ ਤੁਹਾਡੇ ਤੱਕ ਪਹੁੰਚ ਜਾਣ, ਤੇ ਨਾਲ ਬੈਲ ਆਈਕੋਨ ਨੂੰ ਪ੍ਰੈਸ ਕਰਨਾ ਹੈ। ਬੈਲ ਆਈਕੋਨ ਨੂੰ ਪ੍ਰੈਸ ਕਰੋਗੇ ਤਾਂ ਲਾਈਵ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਣਗੇ। ਤੇ ਚੱਲਦੇ ਹਾਂ ਜਨਾਬ ਆਪਣਾ ਜੱਟ ਜਿਉਣਾ ਮੋੜ ਵੱਲ। ਉਹਨਾਂ ਦੇ ਸਾਥੀ ਭਾਨ ਸਿੰਘ, ਧੂੜ ਵਾਂਗ ਬਦਲਾਂ ਦੀ ਉੱਡਦੀ। ਜਦੋਂ ਜਿਉਣਾ ਮੋੜ ਬੱਬਰ ਅਕਾਲੀ ਗਰੋਹ ਦਾ ਕਿਹਾ ਮੰਨ ਕੇ ਬੀੜ ਨੂੰ ਛੱਡ ਕੇ ਆਉਣ ਲੱਗਾ ਤਾਂ ਉਸ ਆਪਣੇ ਸਾਰੇ ਸੰਗੀ ਸਾਥੀ ਇਕੱਠੇ ਕੀਤੇ, ਆਪਣੀ ਕਮਾਨ ਭਾਨ ਸਿੰਘ ਦੇ ਸਪੁਰਦ ਕੀਤੀ। ਭਾਨ ਸਿੰਘ ਬੁੱਟਰਾਂ ਦਾ ਰਹਿਣ ਵਾਲਾ ਸੀ। ਇਹ ਪਿੰਡ ਫਿਰੋਜ਼ਪੁਰ ਦੀ ਤਹਿਸੀਲ ਮੋਗਾ ਵਿੱਚ ਸੀ। ਭਾਨ ਸਿੰਘ ਬੜਾ ਲੱਠ ਮਾਰ ਸੀ। ਉਹ ਲਲਕਾਰ ਕੇ ਕਹਿੰਦਾ ਸੀ, ਧੂੜ ਵਾਂਗ ਬਦਲਾਂ ਦੇ ਉੱਡਦੀ ਜਦੋਂ ਜੱਟ ਡਾਂਗ ਮਾਰਦਾ, ਲੋਕੋ ਭਾਨ ਸਿੰਘ ਸੂਰਮੇ ਨੂੰ ਕੋਈ ਰੋਕ। ਇਹ ਦਾਵਾ ਕੋਈ ਸ਼ੇਰ ਦਿਲ ਹੀ ਕਰ ਸਕਦਾ ਹੈ। ਉਹਦੀ ਡਾਂਗ ਜਦੋਂ ਵਰਦੀ ਸੀ ਤੇ ਲੋਕੀ ਭੇਡਾਂ ਵਾਂਗੂ ਨੱਚ ਜਾਂਦੇ ਸਨ। ਇਹ ਬੋਲ ਗ੍ਰਾਮੋਫੋਨ ਰਿਕਾਰਡ ਤੇ ਮੈਂ ਆਪ ਸੁਣੇ ਨੇ। ਉਹਨਾਂ ਬੰਦਿਆਂ ਨੂੰ ਵੀ ਜਾਣਦਾ ਹਾਂ ਜਿਨ੍ਹਾਂ ਭਾਨ ਸਿੰਘ ਨੂੰ ਵੇਖਿਆ ਹੈ। ਉਹ ਫਲਾਦੀ ਜੁੱਸੇ ਦਾ ਜਵਾਨ ਸੀ। ਉਸ ਡਾਂਗ ਮਾਰ ਕੇ ਸੰਡੇ ਦੀ ਲੱਤ ਭੰਨ ਛੱਡੀ ਸੀ। ਕੋਈ ਜਵਾਨ ਉਹਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਸੀ ਰੱਖਦਾ। ਉਹਦੇ ਇੱਕੋ ਵਾਰ ਨਾਲ ਸਿਰ ਖੰਗੜੀਆਂ ਹੋ ਜਾਇਆ ਕਰਦਾ ਸੀ। ਉਹ ਖੋਪੜੀਆਂ ਭੰਨ ਦਿੰਦਾ ਸੀ। ਬੜਾ ਹੱਡਾਂ ਪੈਰਾਂ ਵਾਲਾ ਜਵਾਨ ਸੀ। ਸੂਦਖੋਰਾਂ ਦੇ ਜਗੀਰਦਾਰਾਂ ਨੂੰ ਲੁੱਟਦਾ ਸੀ ਤੇ ਜਾਂਦਿਆਂ ਹੋਇਆਂ ਦੱਸ ਜਾਂਦਾ ਸੀ, ਲੁੱਟ ਪੁੱਟ ਕੇ ਪਤਾ ਦੱਸ ਜਾਵੇ ਮੈਂ ਜੱਟ ਬੜਾਂ ਦਾ, ਲੋਕੋ ਭਾਨ ਸਿੰਘ ਸੂਰ ਮੈਨੂੰ ਕੋਈ ਰੋਕੋ, ਉਹ ਪੁੱਤ ਮਾਂ ਨੇ ਅਜੇ ਨਹੀਂ ਜੰਨਾ, ਜਿਹੜਾ ਡਾਂਗ ਜੱਟ ਦੀ ਖਾਵੇ ਤੇ ਸਾਬਤ ਰਹਿ ਜਾਵੇ, ਲੋਕੋ ਭਾਨ ਸਿੰਘ ਸੂਰ ਮੈਨੂੰ ਕੋਈ ਰੋਕੋ। ਭਾਨ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਗਈ ਸੀ। ਉਹਨੂੰ ਪੁਲਿਸ ਨੇ ਬੇਘਰ ਕਰ ਛੱਡਿਆ ਸੀ, ਪਰ ਉਹ ਬੇਨਿਆਜ਼ ਹੋ ਗਿਆ ਸੀ। ਫਿਰੋਜ਼ਪੁਰ, ਲੁਧਿਆਣਾ ਦੇ ਜ਼ਿਲ੍ਹਾ ਤੇ ਜਲੰਧਰ ਦੀਆਂ ਤਹਿਸੀਲਾਂ ਨਕੋਦਰ ਤੇ ਫਲੋਰ, ਰਿਆਸਤ ਕਪੂਰਥਲਾ ਦਾ ਕੰਧੀ ਦਾ ਇਲਾਕਾ ਉਹਦੇ ਘੋੜੇ ਦੀ ਟਾਪ ਥੱਲੇ ਰਹਿੰਦਾ ਸੀ। ਉਸ ਨੇ ਬੇਵਾ ਔਰਤਾਂ ਤੇ ਯਤੀਮ ਬੱਚਿਆਂ ਦੇ ਵਜ਼ੀਫੇ ਬੰਨੇ ਹੋਏ ਸਨ। ਉਹ ਸੈਂਕੜਾਂ ਗਰੀਬਾਂ ਦੀਆਂ ਧੀਆਂ ਦੇ ਹੱਥ ਪੀਲੇ ਕਰਾਏ ਸਨ। ਉਹ ਪੰਜਾਬ ਦੀ ਹਰ ਧੀ ਨੂੰ ਆਪਣੀ ਭੈਣ ਸਮਝਦਾ ਸੀ। ਬੜਾ ਬਲੀਦਾਨ ਤੇ ਜੱਤੀ ਸੱਤੀ ਆਦਮੀ ਸੀ। ਕਦੇ ਉਹ ਸ਼ਰਾਬ ਵੀ ਪੀ ਲੈਂਦਾ ਸੀ। 12 ਬੋਤਲਾਂ ਨਸ਼ੇ ਦੀਆਂ ਆਈਆਂ, ਕੱਲੇ ਕੱਲੇ ਸੂਰਮੇ ਲਈ, ਲੋਕੋ ਭਾਨ ਸਿੰਘ ਸੂਰਮੇ ਨੂੰ ਕੋਈ ਰੋਕੋ। ਇਹ ਆ ਬੋਲ 12 ਸੂਰਮਿਆਂ ਦਾ ਅਮੀਨ ਹੈ। ਉਹਨਾਂ ਦੇ ਨਾਮ ਵੀ ਸੁਣ ਲਓ। ਨੰਬਰ 1 ਹਜ਼ਾਰਾ ਸਿੰਘ, ਪਿੰਡ ਦਾ ਨਾਂ ਖੜਕਾ। ਇਹ ਆ ਦਰਿਆ ਬਿਆਸ ਦੇ ਕੰਢੇ ਦਾ ਪਿੰਡ ਸੀ। ਕਪੂਰਥਲੇ ਤਹਿਸੀਲ ਸੁਲਤਾਨਪੁਰ ਨੂੰ 6 ਮੀਲ ਤੇ ਇਹ ਪਿੰਡ ਵੱਸਦਾ ਸੀ। ਹਾਕੂ ਨੰਬਰ 2 ਤੇ ਹਾਕੂ ਨਹਾਲ ਡੋਗਰ, ਪਿੰਡ ਨਹਾਲ ਦੇ ਥਾਣਾ ਮੁੱਖੋ, ਜ਼ਿਲ੍ਹਾ ਫਿਰੋਜ਼ਪੁਰ। ਨੰਬਰ 3 ਹੈਦਰ ਸ਼ਾਹ, ਪਿੰਡ ਆਰਫ ਕੇ, ਜ਼ਿਲ੍ਹਾ ਫਿਰੋਜ਼ਪੁਰ। 4 ਨੰਬਰ ਮਰਵਤ ਅਲੀ ਸ਼ਾਹ, ਪਿੰਡ ਗੱਟਾ ਬਾਦਸ਼ਾਹ ਵਾਲਾ, ਜ਼ਿਲ੍ਹਾ ਫਿਰੋਜ਼ਪੁਰ। 5 ਬੋਬੇ ਸ਼ਾਹ, ਥਾਣਾ ਉਜਰਾ, ਜ਼ਿਲ੍ਹਾ ਸਾਹਿਬਵਾਲ, ਵੱਡੇ ਜ਼ਿਮੀਦਾਰ ਖਾਨਦਾਨ ਦਾ ਜਵਾਨ ਸੀ। ਮੁਹੱਦੇ ਸ਼ਾਹ, ਇਹ ਵੀ ਬੋਬੇ ਸ਼ਾਹ ਦੇ ਖਾਨਦਾਨ ਵਿੱਚੋਂ ਸੀ। ਨੰਬਰ 7 ਬਹਾਦਰ ਮਾਛੀ, 8 ਸੁੰਦਰ, 9 ਨਾਦਰੀ ਭੱਟੀ, ਬੱਧੋ ਕੇ ਤਹਿਸੀਲ ਚੂਨੀਆਂ, ਜ਼ਿਲ੍ਹਾ ਲਾਹੌਰ। 10 ਪ੍ਰੇਮਾ ਸਾਂਸੀ ਤੇ 11 ਘਸੀਟਾ ਚੂੜਾ। ਇਸ ਮਾਲਾ ਵਿੱਚ ਸਾਰੇ ਮੋਤੀ ਸਨ। ਇਸ ਗਰੋਹ ਵਿੱਚ ਸਿੱਖ, ਮੁਸਲਮਾਨ, ਸਾਂਸੀ ਤੇ ਚੂੜਾ ਸਾਰੇ ਮਾਰਕੰਡ ਸਨ। ਇਹ ਗਰੋਹ ਬੰਦੂਕਾਂ ਦੇ ਬੰਬ ਵੀ ਰੱਖਦਾ ਸੀ। ਚਾਚੇ ਮੁਹੰਮਦ ਨੇ ਮੈਨੂੰ ਆਪਣੀ ਚਬੁਰਜੀ ਵਾਲੀ ਦੁਕਾਨ ਵਿੱਚ ਇਹ ਵਾਕਿਆ ਸੁਣਾਇਆ ਸੀ। ਗੁਰਦਾਸਪੁਰ ਵਿੱਚ ਇੱਕ ਵੱਡੀ ਡੇਰਾਦਾਰਨੀ ਕੰਜਰੀ ਸੀ। ਇਸ ਬਾਂਕੀ ਨੇ ਕਈਆਂ ਦੇ ਘਰਾਂ ਦੀਆਂ ਜੜ ਬੁਨਿਆਦਾਂ ਪੁੱਟ ਕੇ ਆਪਣੀ ਹਵੇਲੀ ਬਣਾਈ ਸੀ। ਇਹ ਔਰਤ ਹੁਸਨ ਦੀ ਕਾਬਰ ਸੀ। ਇਹਦੀ ਜ਼ੁਲਫ ਦੀ ਲੱਟ ਵਿੱਚ ਜਿਹੜਾ ਉਲਝਿਆ ਉਹਦਾ ਹੋ ਕੇ ਰਹਿ ਗਿਆ। ਇਹ ਆ ਬਦਕਾਰ ਕਈ ਗਾਉਣ ਵਾਲੀਆਂ ਨੋਚੀਆਂ ਰੱਖਦੀ ਸੀ। ਉਸ
ਸੈਂਕੜੇ ਘਰ ਬਰਬਾਦ ਕੀਤੇ ਸਨ, ਲੱਖਪਤੀ ਸੀ। ਲੋਕਾਂ ਦੀਆਂ ਬੱਚੀਆਂ ਅਠਵਾ ਲੈਂਦੀ ਸੀ। ਕਈ ਨਾਚ ਸਿਖਾਉਣ ਵਾਲੇ ਤਬਲੇ ਸਰੰਗੀਆਂ ਵਜਾਉਣ ਵਾਲੇ ਦੇ ਚਾਕਰ ਸਨ। ਕਈ ਤਮਾਸ਼ਬੀਨ ਭੁੱਖੇ ਹੋ ਕੇ ਇਹਦੀਆਂ ਚਿਲਮਾਂ ਭਰਦੇ ਸਨ, ਕਈ ਇਹਦੇ ਤਾਂਗਿਆਂ ਦੇ ਕੋਚਵਾਨ ਸਨ। ਚਾਚੇ ਆਖਿਆ, ਮੈਨੂੰ ਇਹਦੇ ਉੱਤੇ ਬੜੀ ਗਰਮੀ ਸੀ। ਮੈਂ ਭਾਨ ਸਿੰਘ ਨੂੰ ਬਿਆਸ ਦੇ ਕੰਢੇ ਉੱਤੇ ਮਿਲਿਆ ਤੇ ਆਖਿਆ, ਇਸ ਸੋਹਣੀ ਬਲਾਕ ਕੋਲੋਂ ਨਿਜਾਤ ਦਿਲਾਓ। ਭਾਨ ਸਿੰਘ ਨੇ ਸੁੰਦਰ ਨੂੰ ਪੁੱਛਿਆ, ਉਸ ਆਖਿਆ, ਇਸ ਮਾਲਦਾਦੀ ਨੂੰ ਪਹਿਲੂ ਨੋਟਿਸ ਦਿਓ। ਆਪਣੀ ਪਾਰਟੀ ਦੀ ਸਾਂਭ ਕਰਨ ਵਾਲੇ ਖਾਨ ਕੱਕੇ ਲਈ ਕੋਲ 50,000 ਰੁਪਈਏ ਭੇਜ ਛੱਡੇ। ਕੰਜਰੀ ਲਈ ਮਾਲ ਦੇਣਾ ਔਖਾ ਹੁੰਦਾ ਏ, ਜੇ 90 ਰੁਪਏ ਨਾ ਭੇਜੇ ਫਿਰ ਉਹਨੂੰ ਲੁੱਟਾਂਗੇ ਵੀ ਤੇ ਸਾਲੀ ਦਾ ਨੱਕ ਵੀ ਵੱਢ ਲਿਆਵਾਂਗੇ। ਕੰਜਰੀ ਨੂੰ ਖਤ ਮਿਲਿਆ, ਉਹ ਪੁਲਿਸ ਕਪਤਾਨ ਕੋਲ ਜਾ ਪਹੁੰਚੀ। ਉਹਦੇ ਮਕਾਨ ਉੱਤੇ ਗਾਰਦ ਆ ਗਈ। ਉਸ ਹਰਾਫਾ ਨੇ ਸ਼ੋਹਦੇ ਤੇ ਲੁੱਚੇ ਵੀ ਜਮ੍ਹਾਂ ਕਰ ਲਏ, ਜਿਹੜੇ ਦਿਨ ਰਾਤ ਬੱਕਰੇ ਖਾਂਦੇ ਤੇ ਸ਼ਰਾਬ ਦੇ ਮਟਕੇ ਪੀ ਕੇ ਬੜਕਾਂ ਮਾਰਦੇ ਰਹਿੰਦੇ। ਜਦੋਂ ਮੁਕਰਰਾ ਦਿਨ ਆਇਆ, ਸੁੰਦਰ ਆਪਣੇ ਸ਼ੇਰ ਜਵਾਨਾਂ ਨੂੰ ਲੈ ਕੇ ਚੜਿਆ। ਅਸਰ ਵੇਲੇ ਗੁਰਦਾਸਪੁਰ ਵਿੱਚ ਜਾ ਵੜੇ। ਲੁੱਚੇ ਤੇ ਸ਼ੋਹਦੇ ਘੋੜੀਆਂ ਦੇ ਸੁਮਾਂ ਦਾ ਖੜਾਕ ਸੁਣ ਕੇ ਗਲੀ ਪੈ ਗਏ। ਪੁਲਿਸ ਵਾਲਿਆਂ ਨੇ ਹਵਾਈ ਫਾਇਰ ਕੀਤੇ। ਇਧਰੋਂ ਵੀ ਗੋਲੀਆਂ ਦਾ ਮੀਂਹ ਵਰਨਾ ਸ਼ੁਰੂ ਹੋਇਆ। ਬੋਬੇ ਸ਼ਾਹ ਨੇ ਦੂਜੀ ਗਲੀ ਵੜ ਕੇ ਕੰਧ ਉੱਤੋਂ ਬੰਬ ਸੁੱਟਿਆ। ਧਮਾਕਾ ਹੋਇਆ ਤੇ ਪੁਲਿਸ ਵਾਲਿਆਂ ਦੀ ਸਿੱਟੀ ਗੁੰਮ ਹੋ ਗਈ, ਪਰ ਹਾਕੂ ਡੋਗਰ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ। ਪੁਲਿਸ ਵਾਲੇ ਚੁੱਪ ਸਾਧ ਗਏ ਤੇ ਚੀਤੇ ਦੇ ਜਿਗਰੇ ਵਾਲੇ ਜਵਾਨ ਨਾਕਾਬੰਦੀ ਕਰਕੇ ਹਵੇਲੀ ਵਿੱਚ ਵੜੇ। ਕੰਜਰੀ ਨੇ ਦੁਪੱਟੇ ਦਾ ਪੱਲਾ ਗਲ ਵਿੱਚ ਪਾ ਕੇ ਆਖਿਆ, ਦੌਲਤਾਂ ਜ਼ੇਵਰ ਤੇ ਕੀਮਤੀ ਕੱਪੜੇ ਗਰਮ ਕੰਬਲ ਸਭ ਹਾਜ਼ਰ ਕਰ ਦੇਣੀ ਆ। ਬੇਨਤੀ ਕਰਦੀ ਆ, ਭੁੱਲ ਹੋ ਗਈ ਮਾਫ ਕਰ ਛੱਡੋ। ਘਸੀਟਾ ਚੂੜਾ ਅੱਗੇ ਵਧਿਆ ਤੇ ਕੰਜਰੀ ਦਾ ਨੱਕ ਖੰਜਰ ਨਾਲ ਵੱਢ ਲਿਆ। ਚਾਬੀਆਂ ਖੋ ਕੇ ਬੂਹੇ ਖੁੱਲੇ, ਅਲਮਾਰੀਆਂ ਖੋਲੀਆਂ, ਸੰਦੂਕ ਫਰੋਲੇ, ਦੌਲਤ ਦੇ ਢੇਰ ਲੱਗ ਗਏ। ਝਲਮਲ ਕਰਦੀਆਂ ਜ਼ੇਵਰਾਂ ਨਾਲ ਫਰਜ ਭਰ ਗਿਆ। ਸਾਰਾ ਸਮਾਨ ਉਠਾਂ ਉੱਤੇ ਲੱਦਿਆ ਤੇ ਗਾਉਂਦੇ ਹੋਏ ਚਲੇ ਗਏ। ਲੁੱਟ ਪੁੱਟ ਕੇ ਪਤਾ ਦੱਸ ਜਾਂਦੇ, ਭਾਨ ਸਿੰਘ ਬੜਾ ਦਾ ਲੋਕੋ, ਅੱਜ ਸੂਰਮੇ ਨੂੰ ਕੋਈ ਰੋਕੋ। ਹਾਕੂ ਡੋਗਰ ਨੂੰ ਘੋੜੇ ਉੱਤੇ ਬਹਾ ਕੇ ਪ੍ਰੇਮਾ ਸਾਂਸੀ ਉਹਨੂੰ ਜੱਫੀ ਪਾ ਕੇ ਬੈਠਾ ਹੋਇਆ ਸੀ। ਪੁਲਿਸ ਵੀ ਖੁਰਾ ਨੱਪੀ ਆ ਰਹੀ ਸੀ। ਜਦੋਂ ਬਿਆਸ ਦੇ ਕੰਢੇ ਉੱਤੇ ਆਏ, ਹਾਕੂ ਜ਼ਿਆਦਾ ਖੂਨ ਵਗ ਜਾਣ ਦੀ ਵਜ੍ਹਾ ਨਾਲ ਬੇਹੋਸ਼ ਹੋ ਗਿਆ। ਉਹਦੇ ਮੂੰਹ ਵਿੱਚ ਪਾਣੀ ਪਾਇਆ ਤੇ ਉਹਦੀ ਜਾਨ ਨਿਕਲ ਗਈ। ਸਾਰੇ ਸਾਥੀਆਂ ਦੇ ਦਿਲ ਭਰ ਆਏ, ਅੱਖਾਂ ਵਿੱਚ ਹਨੇਰ ਆ ਗਿਆ। ਉਹਨਾਂ ਹਾਕੂ ਡੋਗਰ ਦੀ ਲਾਸ਼ ਨੂੰ ਦਰਿਆ ਦੇ ਸਪੁਰਦ ਕੀਤਾ ਤੇ ਮਾਰੋ ਮਾਰ ਕਰਦੇ ਸ਼ੇਰ ਆਪਣੇ ਘਰੇ ਵਿੱਚ ਆ ਗਏ। ਮੋਢਿਆਂ ਉੱਤੇ ਲਟਕਦੀਆਂ ਬੰਦੂਕਾਂ ਦੇ ਗੋਲੀਆਂ ਦੇ ਹਾਰ ਸੀ। ਘਰ ਛੱਡੇ ਤੇ ਬੇਲੇ ਮੱਲੇ ਬੱਲੇ, ਉਹ ਜਵਾਨੋ ਬੱਲੇ ਬੱਲੇ, ਤੁਸੀਂ ਦੌਲਤਾਂ ਯਤੀਮਾਂ ਵਿੱਚ ਵੰਡੀਆਂ, ਤੁਹਾਨੂੰ ਰੋਣਗੀਆਂ ਦੇਸ਼ ਦੀਆਂ ਰੰਡੀਆਂ, ਵੱਢ ਵੱਢ ਕੇ ਸਿਰਾਂ ਦੀਆਂ ਲਾਹੀਆਂ ਬੰਨ ਦੰਦੀਆਂ, ਤੁਹਾਡੀਆਂ ਝਾਲਾਂ ਮਾਲਵੇ ਨੇ ਝੱਲੀਆਂ, ਜ਼ੈਲਦਾਰ ਵੱਡੇ ਸਾਹੂਕਾਰ ਲੁੱਟੇ, ਦਿੱਤੇ ਦੌਲਤਾਂ ਦੇ ਛੱਟੇ, ਘਰ ਛੱਡੇ ਤੇ ਬੇਲੇ ਮੱਲੇ ਬੱਲੇ, ਉਹ ਜਵਾਨੋ ਬੱਲੇ ਬੱਲੇ। ਜਗੀਰਦਾਰਾਂ ਤੇ ਸੂਦਖੋਰਾਂ ਦੇ ਰਾਖੀ ਪੁਲਿਸ ਇੱਕ ਯਹੂਦੀ ਐਸ ਪੀ ਦੀ ਕਿਆਦਤ ਵਿੱਚ ਲਾਰੀਆਂ ਤੇ ਚੜ੍ਹੀ ਤੇ ਬੀੜ ਦਾ ਘੇਰਾ ਗੱਤ ਲਿਆ। ਜ਼ਿਲ੍ਹਾ ਫਿਰੋਜ਼ਪੁਰ ਦੇ ਅਸਲਾ ਵਾਲੇ ਪੁਲਿਸ ਦੇ ਅਮਦਾਦੀ ਸਨ। ਗੋਲੀਆਂ ਚੱਲੀਆਂ, ਬੰਬ ਫਟੇ, ਜੰਗਲ ਦੇ ਪੰਛੀ ਵੀ ਨੱਸ ਗਏ। ਕਈ ਦਿਨ ਰਾਤ ਗੋਲੀਆਂ ਚੱਲਦੀਆਂ ਰਹੀਆਂ। ਸੁੰਦਰ ਸਿੰਘ ਨੇ ਟਹਿਲ ਸਿੰਘ ਜਾਨ ਤਲੀ ਤੇ ਰੱਖ ਕੇ ਰਾਤੀ ਘੋੜੀਆਂ ਤੇ ਚੜ੍ਹੇ ਤੇ ਆਪਣੀਆਂ ਛਵੀਆਂ ਮੋਢੀਆਂ ਤੇ ਧਰੀਆਂ ਤੇ ਜ਼ੀਰੇ ਤਹਿਸੀਲ ਨੂੰ ਖੈਰਬਾਦ ਕਹਿ ਛੱਡਿਆ। ਕੁਝ ਸਾਥੀ ਬੀੜ ਵਿੱਚ ਹੀ ਢੇਰ ਹੋ ਗਏ, ਜਿਹੜੇ ਬੱਚੇ ਉਹਨਾਂ ਨੂੰ ਕੈਦ ਬੋਲ ਗਈ। ਘਸੀਟਾ ਚੂੜਾ ਇੱਕ ਪੁਲਿਸ ਅਫਸਰ ਨੇ ਬਚਾ ਲਿਆ। ਇਹ ਥਾਣੇਦਾਰ ਬੜਾ ਲੰਮਾ ਤੜੰਗਾ ਸੀ, ਸਾਹੀਵਾਲ ਸਾਹੀਵਾਲ ਦੇ ਜ਼ਿਲ੍ਹਾ ਦਾ ਰਹਿਣ ਵਾਲਾ ਸੀ। ਇਹ ਚੂੜੇ ਤੋਂ ਵਾਰਦਾਤਾਂ ਕਰਾਉਂਦਾ ਤੇ ਹਿਸਾਬ ਪੱਤੀ ਲੈਂਦਾ। ਘਸੀਟਾ ਵੀ ਜਦੋਂ ਚਾਹੁੰਦਾ ਕਿਸੇ ਬਾਣੀ ਨੂੰ ਲੁੱਟ ਲੈਂਦਾ ਤੇ ਆਪਣੀ ਗਰੀਬ ਬਰਾਦਰੀ ਦੀਆਂ ਧੀਆਂ ਵਿਆਹ ਦਿੰਦਾ। ਇਹ ਬੜਾ ਸਖ਼ਤ ਜਾਨ ਸੀ, ਮੈਨੂੰ ਮੱਖਣ ਕੋਚਵਾਨ ਨੇ ਦੱਸਿਆ ਸੀ। ਇੱਕ ਵਾਰੀ ਘਸੀਟਾ
ਇੱਕ ਸੁਨਿਆਰੇ ਤੇ ਵਜਿਆ ਤੇ ਜ਼ੇਵਰਾਂ ਦੀ ਪੰਡ ਬੰਨ ਲਿਆਇਆ। ਸ਼ਾਹ ਥਾਣੇਦਾਰ ਨੂੰ ਇਸ਼ਾਰਾ ਦਿੱਤਾ, ਥਾਣੇਦਾਰ ਨੇ ਬੁਲਾਇਆ ਤੇ ਘਸੀਟਾ ਇਸ ਸ਼ਾਨ ਨਾਲ ਗਿਆ। ਸਾਰੇ ਜਿਸਮ ਤੇ ਬਾਲ ਲਾਈ ਨੂੰ ਸੱਦ ਕੇ ਉਸਰੇ ਨਾਲ ਮਨਾ ਛੱਡੇ, ਪਿੰਡੇ ਤੇ ਤੇਲ ਮਲਿਆ, ਲੰਗੋਟਾ ਬੰਨ ਕੇ ਥਾਣੇ ਪਹੁੰਚਿਆ। ਥਾਣੇਦਾਰ ਨੇ ਪੁੱਛਿਆ, ਇਹ ਕਿਆ ਹੋਲੀਆ ਬਣਾਇਆ ਮਾਲ ਕਿੱਥੇ? ਉਸ ਆਖਿਆ, ਮਾਲ ਤੇ ਜ਼ਰੂਰਤਮੰਦਾਂ ਨੂੰ ਦੇ ਛੱਡਿਆ ਏ। ਥਾਣੇਦਾਰ ਜੀ, ਮੈਂ ਕਈ ਸਾਲ ਭਾਨ ਸਿੰਘ ਤੇ ਸੁੰਦਰ ਸਿੰਘ ਦਾ ਸਾਥੀ ਰਿਹਾ ਵਾਂ, ਉਹਨਾਂ ਸਖੀਆਂ ਦੀ ਨਕਲ ਕਰਨ ਲੈਂਦਾ ਹਾਂ। ਉਹ ਸੂਰਮੇ ਸਰਦਾਰ ਸਨ, ਮੈਂ ਤੇ ਬੋਬੇ ਸ਼ਾਹ ਹੋਰਾਂ ਦਾ ਸੇਵਾਦਾਰ ਸਾਂ। ਕਦੇ ਕਦੇ ਸਖਾਵਤ ਕਰਨ ਨੂੰ ਦਿਲ ਆਉਂਦਾ ਏ, ਇਸ ਵਾਸਤੇ ਸੁਨਾਰੇ ਨੂੰ ਲੁੱਟ ਕੇ ਜ਼ੇਵਰ ਗਰੀਬਾਂ ਵਿੱਚ ਵੰਡ ਛੱਡਿਆ ਹੈ। ਬਰਾਦਰੀ ਦੇ ਕਈ ਘਰ ਵਸ ਜਾਣਗੇ, ਮਾਪੇ ਜਵਾਨ ਪੁੱਤਰਾਂ ਦੀ ਜੰਗ ਚੜ੍ਹਦਿਆਂ ਵੇਖ ਲੈਣਗੇ। ਤੁਹਾਡੇ ਕੋਲ ਖੁਦਾ ਦਾ ਦਿੱਤਾ ਹੋਇਆ ਬਹੁਤ ਕੁਛ ਹੈ, ਜ਼ਿਮੀਦਾਰ ਹੋ ਅਤੇ ਥਾਣੇਦਾਰ ਵੀ। ਫਿਰ ਚੋਰਾਂ ਨਾਲ ਪੱਤੀਆਂ ਨੇ ਮੈਂ ਇਹ ਵਾਰਦਾਤ ਗੁਜ਼ਰੇ ਹੋਏ ਦਿਨਾਂ ਨੂੰ ਜ਼ਿੰਦਾ ਕਰਨ ਲਈ ਕੀਤੀ ਹੈ। ਥਾਣੇਦਾਰ ਜੀ, ਜੇ ਸਬਰ ਨਹੀਂ ਕਰ ਸਕਦੇ ਤਾਂ ਆ ਜਾਓ, ਮੈਂ ਚੂੜਾ ਹਾਂ ਅਤੇ ਤੁਸਾਂ ਪੁਲਿਸ ਵਾਲੇ ਫਿੱਟੇ ਹੋਏ ਸੂਰ ਹੋ। ਇਹ ਘੋੜਾ ਇਹ ਮੈਦਾਨ, ਹੁਣ ਜੁੱਟ ਜਾਓ, ਇੱਥੇ ਹੀ ਫੈਸਲਾ ਹੋ ਜਾਏਗਾ। ਮੈਂ ਤੁਹਾਡੀ ਮਾਰ ਤੋਂ ਨਹੀਂ ਚੱਲਦਾ, ਚਾਹੇ ਸ਼ਿਕੰਜੇ ਵਿੱਚ ਦੇ ਛੱਡੋ, ਸੁਨਾਰੇ ਦਾ ਮਾਲ ਨਹੀਂ ਮਿਲਣਾ ਜੇ। ਥਾਣੇਦਾਰ ਭੈੜਾ ਪੈ ਗਿਆ, ਘਸੀਟਾ ਨੂੰ ਘਰ ਭੇਜ ਛੱਡਿਆ ਅਤੇ ਰਾਤੀਂ ਉਹਦੇ ਘਰ ਜਾ ਕੇ ਆਖਿਆ, ਘਸੀਟਿਆ ਤੂੰ ਮੇਰੀ ਬੜੀ ਖਿਦਮਤ ਕੀਤੀ ਹੈ, ਬਹੁਤ ਮਾਲ ਦਿੱਤਾ ਹੈ, ਹੁਣ ਮੇਰੀਆਂ ਜ਼ਮੀਨਾਂ 'ਤੇ ਚਲਾ ਜਾ, ਇਹ ਡਕੈਤੀਆਂ ਛੱਡ ਦੇ, ਤੇਰੀ ਉਮਰ ਵੀ ਢਲ ਗਈ ਹੈ, ਮੈਂ ਤੈਨੂੰ ਬਸਤਾ ਵਿੱਚੋਂ ਕੱਢ ਛੱਡਾਂਗਾ। ਘਸੀਟਾ ਰਾਜ਼ੀ ਹੋ ਗਿਆ, ਉਹ ਪਾਕਿਸਤਾਨ ਬਣਨ ਵੇਲੇ ਜਿਉਂਦਾ ਸੀ, ਮੈਂ ਉਹਨੂੰ ਉਜਰਾ ਸ਼ਾਹ ਮੁਕੀਮ ਵਿੱਚ ਵੇਖਿਆ ਸੀ, ਕਾਲੇ ਰੰਗ ਦਾ ਇੱਕ ਵਜੰਗ ਬੁੱਢਾ ਸੀ, ਜਿਹਦੀਆਂ ਖੌਫਨਾਕ ਮੁੱਛਾਂ ਸਨ, ਅੱਖਾਂ ਸੁਰਖ ਮਿਸਾਲ ਵਾਂਗੂ ਹਿਲਦੀਆਂ, ਨੁਕਰੇ ਘੋੜੇ ਨੂੰ ਮੇਲੇ ਉੱਤੇ ਨਚਾਉਣ ਲਈ ਲਿਆਇਆ ਸੀ। ਹੁਣ ਸੁੰਦਰ ਦਾ ਇੱਕ ਵਾਕਿਆ ਵੀ ਸੁਣ ਲਓ। ਜਦੋਂ ਫਿਰੋਜ਼ਪੁਰ ਦੇ ਬੀੜ ਵਿੱਚੋਂ ਉਹਦੇ ਸਾਥੀ ਪਕੜੇ ਗਏ ਅਤੇ ਮਜਿਸਟਰੇਟ ਦੀ ਅਦਾਲਤ ਵਿੱਚ ਮੁਕੱਦਮਾ ਚੱਲਿਆ, ਪ੍ਰਾਸੀਕਿਊਟਿੰਗ ਇੰਸਪੈਕਟਰ ਚੋਪੜਾ ਸੀ, ਝੂਠੇ ਗਵਾਹ ਭੁਗਤਾਈ ਜਾ ਰਿਹਾ ਸੀ, ਨਾਦਰੀ ਭੱਟੀ ਨੇ ਪ੍ਰੇਮਾ ਸਾਂਸੀ ਵੀ ਪੁਲਿਸ ਦੇ ਹੱਥੇ ਨਿਹਣ ਆਏ। ਉਹਨਾਂ ਨੂੰ ਮੁੰਦਕ ਲੱਗੀ ਕਿ ਚੋਪੜਾ ਇੰਸਪੈਕਟਰ ਜ਼ੈਲਦਾਰਾਂ ਅਤੇ ਸਫੇਦ ਪੋਸ਼ਾਂ ਦੀਆਂ ਝੂਠੀਆਂ ਗਵਾਹੀਆਂ ਕਰਾ ਰਿਹਾ ਹੈ, ਨੰਬਰਦਾਰ ਝੂਠੇ ਕਰਾਉਣ ਵੀ ਚੁੱਕੀ ਜਾਂਦੇ ਹਨ। ਉਹ ਮਾਝੇ ਨੂੰ ਆਏ ਅਤੇ ਸੁੰਦਰ ਨੂੰ ਜ਼ਖੀਰੇ ਛਾਂਗਾ ਮਾਂਗਾ ਮਿਲੇ, ਕਿੱਸਾ ਦੱਸਿਆ, ਘੋੜੀਆਂ 'ਤੇ ਬੈਠੇ ਰਾਤੀ ਸਫ਼ਰ ਕਰਦੇ ਅਤੇ ਦਿਨ ਨੂੰ ਸੌਂਦੇ ਗੁਰਦਾਸਪੁਰ ਜਾ ਪਹੁੰਚੇ। ਸਾਂਸੀ ਨੇ ਇੰਸਪੈਕਟਰ ਦਾ ਮਕਾਨ ਵੇਖਿਆ ਹੋਇਆ ਸੀ, ਰਾਤੀ ਸੁੰਦਰ ਚੁਬਾਰੇ 'ਤੇ ਜਾ ਚੜਿਆ, ਚੋਪੜਾ ਆਪਣੇ ਛੋਟੇ ਜਿਹੇ ਪੁੱਤਰ ਨੂੰ ਛਾਤੀ ਉੱਤੇ ਲੰਮਾ ਪਾ ਕੇ ਸੁੱਤਾ ਹੋਇਆ ਸੀ, ਕੋਲ ਹੀ ਉਹਦੀ ਜਵਾਨ ਬੀਵੀ ਘੂਕ ਸੁੱਤੀ ਹੋਈ ਸੀ। ਸੁੰਦਰ ਇਹ ਨਜ਼ਾਰਾ ਵੇਖ ਕੇ ਰਮਤਾ ਹੀ ਮੁੜ ਆਇਆ, ਚੁਬਾਰੀਆਂ ਉਤਰਿਆ ਤੇ ਪ੍ਰੇਮੇ ਸਾਂਸੀ ਨੇ ਪੁੱਛਿਆ, ਸਰਦਾਰ ਕੰਮ ਕਰ ਛੱਡਿਆ ਹੀ? ਸੁੰਦਰ ਆਖਿਆ, ਨਹੀਂ, ਤਰਸ ਆ ਗਿਆ, ਉਸ ਆਲਮ ਦੀ ਛਾਤੀ ਉੱਤੇ ਮਾਸੂਮ ਬਾਲ ਸੁੱਤਾ ਹੋਇਆ ਹੈ, ਜੇ ਉਹਦੀ ਧੌਣ ਵੜਦਾ ਤੇ ਬੱਚਾ ਵੀ ਕਤਲ ਹੋ ਜਾਂਦਾ, ਪਤਾ ਨਹੀਂ ਇਹ ਬੱਚਾ ਵੱਡਾ ਹੋ ਕੇ ਅੰਗਰੇਜ਼ ਦਾ ਬਾਗੀ ਬਣ ਜਾਏ। ਦੂਜੇ ਇੱਕ ਜਵਾਨ ਕੁੜੀ ਵਿਧਵਾ ਹੋ ਜਾਣੀ ਸੀ, ਹਿੰਦੂ ਨੇ ਬੇਵਾਹ ਦਾ ਦੂਜਾ ਵਿਆਹ ਵੀ ਨਹੀਂ ਕਰਦੇ। ਫਿਰ ਸੀ ਨਾਦਰੀ ਭੱਟੀ ਨੇ ਆਖਿਆ, ਆਪਣੇ ਆਉਣ ਦੀ ਰਸੀਦ ਦੇ ਛੱਡੋ। ਵਾਹਣ ਕਰਕੇ ਇੱਕ ਫੈਰ ਹੋਇਆ, ਸਾਰਾ ਮਹੱਲਾ ਕੰਮ ਗਿਆ, ਚੋਪੜੇ ਇੰਸਪੈਕਟਰ ਨੂੰ ਖਤ ਮਿਲਿਆ, ਜੇ ਤੇਰਾ ਪੁੱਤਰ ਤੇਰੀ ਛਾਤੀ ਤੇ ਨਾ ਸੁੱਤਾ ਹੁੰਦਾ ਤਾਂ ਤੇਰੀ ਖੈਰ ਨਹੀਂ ਸੀ, ਮੈਂ ਤੇਰੇ ਉੱਤੇ ਅੱਪੜ ਕੇ ਫਿਰ ਉੱਤਰ ਆਇਆ ਸਾਂ, ਬੰਦੇ ਦਾ ਪੁੱਤਰ ਬਣ ਜਾ, ਪੁਲਿਸ ਦੀ ਨੌਕਰੀ ਛੱਡ ਦੇ, ਨਹੀਂ ਤੇ ਮਾਰਿਆ ਜਾਵੇਗਾ। ਚੋਪੜੇ ਨੇ ਨੌਕਰੀ ਛੱਡ ਦਿੱਤੀ ਔਰ ਵਕਾਲਤ ਕਰਨ ਲੱਗ ਪਿਆ। ਲੋਕ ਗੀਤ ਦੇ ਬੋਲ ਨੇ, ਸੋ ਪੱਗ ਰਾਮਾਂ ਕਾਮਾਂ ਦੀ ਕੱਲੀ ਜਾਨ ਸੁੰਦਰ ਦੀ ਝਗੜੇ ਕਿਤੇ ਬੋੜੀ ਦੇ ਵੇ ਨਿਜ਼ਾਮ ਲੁਹਾਰਾ। ਸੁੰਦਰ ਬੜਾ ਮਰਦੇ ਮੈਦਾਨ ਸੀ, ਆਖਰ ਭਾਨ ਸਿੰਘ ਜੈਸੇ ਲੱਠ ਮਾਰਦਾ ਸਾਥੀ ਸੀ। ਇੱਕ ਵਾਰ ਰਿਆਸਤ ਕਪੂਰਥਲਾ ਵਿਆਹੀ ਹੋਈ ਭੈਣ ਨੂੰ ਮਿਲ ਕੇ ਆ ਰਿਹਾ ਸੀ, ਜਦੋਂ ਘੋੜਾ ਦਰਿਆ ਦੀ ਕੰਧੀ ਤੇ ਪਿੰਡ ਰਾਮਾਂ ਕਾਮਾਂ ਕੋਲੋਂ ਲੰਘ ਰਿਹਾ ਸੀ। ਅਬਲਕ ਘੋੜਾ ਤੇ ਪੈਰੀ ਚਾਂਦੀ ਦੀਆਂ ਝਾਂਜਰਾਂ ਤੇ ਅਸਵਾਰ ਤੇ ਗਲ ਵਿੱਚ ਸੋਨੇ ਦਾ ਕੈਂਠਾ, ਜਵਾਨ ਦੀ ਬਿਜਲੀ ਰੰਗੀ ਪਗੜੀ ਤੇ ਮੋਢੇ ਉੱਤੇ ਖੁੰਡਾ। ਜੱਟਾਂ ਆਖਿਆ, ਜਵਾਨਾ ਚੰਗਾ ਸਾਂਭਿਆ ਹੋਇਆ ਲੱਗਦਾ ਹੈ, ਸਾਡੇ ਮੁੰਡਿਆਂ ਦੇ ਹੱਥ ਸਿੱਧੇ ਕਰਾ ਜਾ। ਸੁੰਦਰ ਆਖਿਆ, ਵਾਟ ਖੋਟੀ ਹੁੰਦੀ ਹੈ, ਦੂਰ ਜਾਣਾ ਹੈ, ਦੂਜੇ ਪੰਜਾਬ ਦੇ ਪੁੱਤਰ ਮੇਰੀ ਰਾਹ ਨਹੀਂ ਡੱਕਦੇ। ਜੱਟਾਂ ਆਖਿਆ, ਜ਼ੈਲਦਾਰਾਂ ਦੇ ਚਾਰ ਮੁੰਡੇ ਨੇ ਜਿਨ੍ਹਾਂ ਮੰਗ ਮਿੱਟੀ ਚਾਈ ਹੋਈ ਹੈ, ਉਹਨਾਂ ਦਾ
ਤੋਲਾ ਤੋਲਾ ਖੂਨ ਕੱਢ ਦੇ, ਗਰੀਬ ਸੁਖੀ ਵਸਣਗੇ। ਸੁੰਦਰ ਘੋੜੇ ਤੋਂ ਉੱਤਰ ਆਇਆ, ਜੱਟ ਦਿਆਲਦਾਰਾਂ ਦੀਆਂ ਛੋਕਰੀਆਂ ਨੂੰ ਸੱਦ ਲਿਆਇਆ। ਉਹ ਸ਼ਰਾਬੀ ਹੋਏ, ਬਕਰਾਏ ਹੋਏ ਆਏ ਤੇ ਬੱਗਾ ਸਿੰਘ ਨੇ ਆਪਣੀ ਡਾਂਗ ਧਰਤੀ ਤੇ ਮਾਰੀ। ਆ ਵੀ ਜਵਾਨਾ ਕਿਹੜਾ ਹੈ, ਦੋ ਦੋ ਹੱਥ ਹੋ ਜਾਣ। ਸੁੰਦਰ ਆਖਿਆ, ਮੈਨੂੰ ਵਿਗਾੜਨਾ ਹੈ, ਮੈਂ ਆਪਣੇ ਜੇ 10-12 ਬੱਕਰੀਆਂ ਦਾ ਦੁੱਧ ਚੁੰਕ ਕੇ ਜਵਾਨ ਹੋਏ ਹੋਰ ਵੀ ਸੱਦ ਲੈ। ਤੂੰ ਤੇ ਵਾਂ ਡਾਂਗ ਦੀ ਸ਼ੂਕਰ ਵੀ ਝੱਲਣ ਜੋਗਾ ਨਹੀਂ ਹੋਏ। ਜ਼ੈਲਦਾਰਾਂ ਦੇ ਦੂਜੇ ਤਿੰਨੇ ਛੋਰ ਵੀ ਗੱਲ ਸੁਣ ਕੇ ਭੌਂਕਦੇ ਹੋਏ ਮੈਦਾਨ ਵਿੱਚ ਆ ਖੜੇ ਹੋਏ। ਸੁੰਦਰ ਨੇ ਖੂੰਡਾ ਉਲਾਰਿਆ ਵਾਰਿਆ ਤੇ ਦੋ ਭਰਾ ਟਿੱਕੀ ਕਰ ਛੱਡੇ। ਦੂਜੀ ਕਿਸੇ ਨੇ ਨਹੀਂ ਮੰਗੀ, ਦੂਜੇ ਦੋਣਾ ਵੀ ਹੱਡ ਗੋਡੇ ਭੰਨ ਛੱਡੇ। ਰਾਮਾ ਕਾਮਾ ਦੇ ਹੋਰ ਛੋਕਰੇ ਵੀ ਡਾਂਗਾ ਫੜ ਕੇ ਆ ਗਏ। ਸੁੰਦਰ ਖੂੰਡਾ ਚਲਾਉਂਦਾ ਰਿਹਾ, ਘੋੜਾ ਉੱਥੋਂ ਖੁਰੀ ਕਰ ਆਇਆ। ਜਦੋਂ ਛਾਂਗੇ ਮਾਂਗੇ ਦੇ ਜ਼ਖੀਰੇ ਵਿੱਚ ਵੜਿਆ ਤੇ ਸਾਥੀਆਂ ਸਮਝਿਆ ਰੱਬ ਖੈਰ ਕਰੇ, ਘੋੜਾ ਸੁੰਦਰ ਨੂੰ ਕਿੱਥੇ ਸੁੱਟ ਆਇਆ, ਕਿਤੇ ਪੁਲਿਸ ਮੁਕਾਬਲੇ ਤੇ ਨਹੀਂ ਹੋ ਗਿਆ। ਨਿਜ਼ਾਮ ਲੁਹਾਰ ਜਬਰੂ ਨਾਈ ਨਾਦਰੀ ਭੱਟੀ ਨੇ ਗੁਮਾਨ ਮਾਨ ਮਸੱਲਾ ਹੋ ਕੇ ਘੋੜਿਆਂ ਤੇ ਬੈਠੇ ਤੇ ਸੁੰਦਰ ਦਾ ਅਬਲਕ ਜ਼ਖੀਰਿਓਂ ਨਿਕਲ ਕੇ ਭੱਜ ਪਿਆ। ਉਹਨਾਂ ਵੀ ਪਿੱਛੇ ਘੋੜੇ ਲਾ ਛੱਡੇ। ਮਾਰੋ ਮਾਰ ਤੇ ਧਸੋ ਧਸ ਕਰਦੇ ਰਾਮਾਂ ਕਾਮਾਂ ਦੀ ਜੂਹ ਵਿੱਚ ਜਾ ਵੜੇ। ਸੁੰਦਰ ਜਵਾਨ ਸਵੇਰ ਦਾ ਇਕੱਲਾ ਹੀ ਉੱਥੇ ਪਿੰਡ ਦੇ ਛੋਕਰਿਆਂ ਨਾਲ ਲੜ ਰਿਹਾ ਸੀ। ਜ਼ਖਮੀ ਮੰਜੀਆਂ ਦੇ ਪਏ ਸਨ। ਜੱਟ ਛੋਰਾਂ ਨੂੰ ਦੁੱਧ ਤੇ ਘਿਓ ਪਿਲਾਉਂਦੇ ਸਨ। ਜਦੋਂ ਸੁੰਦਰ ਦਾ ਘੋੜਾ ਮੁੜ ਕੇ ਹਿਣਕਿਆ ਤੇ ਪਿੰਡ ਵਾਲਿਆਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਜਦੋਂ ਜਬਰੂ ਨੇ ਲਲਕਾਰਿਆ, ਉਹ ਰਾਮਾਂ ਕਾਮਾਂ ਵਾਲਿਓ, ਤੁਹਾਡੀ ਮੌਤ ਆਈ ਹੈ, ਤੁਸਾਂ ਜਿਹਨੂੰ ਵੰਗਾ ਰਿਹਾ ਇਸ ਨੂੰ ਪਛਾਣਦੇ ਨਹੀਂ ਸੋ? ਇਹ ਬਾਣ ਸਿੰਘ ਬੜਾਂ ਵਾਲੇ ਦਾ ਸਾਥੀ ਤੇ ਨਿਜ਼ਾਮ ਲੁਹਾਰ ਦਾ ਸੰਗੀ, ਭੇਡਾਂ ਬਣ ਜਾਓ, ਲਾਠੀਆਂ ਸੁੱਟ ਦਿਓ, ਨਹੀਂ ਤੇ ਭੰਨ ਛੱਡਾਂਗਾ। ਮੈਦਾਨ ਵਿੱਚ ਡਾਂਗ ਚੱਲਣੀ ਬੰਦ ਹੋ ਗਈ। ਰਾਮਾਂ ਕਾਮਾਂ ਵਾਲੇ 70 ਜ਼ਖਮੀਆਂ ਦੀਆਂ ਮੰਜੀਆਂ ਚੁੱਕ ਕੇ ਲੈ ਗਏ। ਜਦੋਂ ਸੁੰਦਰ ਦਾ ਨਾਂ ਸੁਣਿਆ, ਕੋਠੀਆਂ ਸੂਦਖੋਰਾਂ ਦੀਆਂ ਫੜਕੀਆਂ, ਪੂਰਨਾ ਦੂਜਾ ਨਹੀਂ ਜੰਮਣਾ, ਸੁੰਦਰ ਸਿੰਘ ਸੂਰਮਾ, ਉਹ ਬੱਲੇ, ਉਹ ਬੱਲੇ, ਬੱਲੇ, ਬੱਲੇ।